ਕਿੰਨੇ ਸੋਹਣੇ ਹੋ ਗਏ ਨਾ ਮੀਂਹ ਨਾਲ ਹਰੇ ਹਰੇ ਹੋ ਗਏ ਨੇ ਮੀਂਹ ਪੈਣ ਨਾਲ ਜ਼ਿਆਦਾ ਹਰੇ ਹੋ ਜਾਂਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਨਦਰ ਵਲੌਗ ਅਤੇ ਅੱਜ ਮੀਂਹ ਬੜਾ ਹੀ ਪੈਂਦਾ ਪਿਆ ਸਾਡੀ ਗਲੀ ਪੂਰੀ ਪਾਣੀ ਦੀ ਭਰੀ ਹੋਈ ਹੈ ਪੂਰਾ ਸਾਡਾ ਵਿਹੜਾ ਵੀ ਅਤੇ ਅਸੀਂ ਪਹਿਲਾਂ ਸਲਾਹ ਕੀਤੀ ਸੀ ਕਿ ਖੀਰ ਬਣਾਈਏ ਅਤੇ ਖੀਰ ਫਿਰ ਬੱਚੇ ਕਹਿੰਦੇ ਅਸੀਂ ਖੀਰ ਨਹੀਂ ਖਾਣੀ ਮੰਮਾ ਅਸੀਂ ਟਿੱਕੀ ਖਾਣੀ ਹੈ ਅਤੇ ਹੁਣ ਅਸੀਂ ਲੱਗੇ ਹਾਂ ਟਿੱਕੀਆਂ ਬਣਾਉਣ ਅਤੇ ਆਓ ਨਾਲ ਸਾਡੇ ਚੱਲੀਏ ਬਾਹਰ ਤੁਹਾਨੂੰ ਦੱਸਿਆ ਮੌਸਮ ਬੜਾ ਹੀ ਸੋਹਣਾ ਹੋਇਆ ਪਿਆ ਇੰਨਾ ਮੀਂਹ ਪੈਂਦਾ ਪਿਆ ਬਹੁਤ ਮੀਂਹ ਪੈਂਦਾ ਪਿਆ ਅੱਛਾ ਹੁਣ ਮੈਂ ਲੱਗੀ ਹਾਂ ਬਣਾਉਣ ਟਿੱਕੀ ਓ ਵਾਓ ਮੰਮਾ ਨੇ ਤਾਂ ਹੀ ਸਾਨੂੰ ਦੱਸਿਆ ਨਹੀਂਗਾ ਮੈਂ ਕਿਹਾ ਬੱਦਲ ਨਹੀਂ ਬੱਦਲ ਦੇ ਪੂਰਾ ਮੈਂ ਟਿੱਕੀ ਬਣਾਉਣ ਲੱਗੀ ਹਾਂ ਅੱਛਾ ਹਾਂ ਜੇ ਤੁਸੀਂ ਚਲੇ ਖਰਾਬ ਹੋ ਜਾਣਾ ਟਿੱਕੀ ਬਣਾਉਣ ਕਰ ਹੈਂ ਨਹੀਂ ਤੁਸੀਂ ਨਹੀਂ ਖਾਣੀ ਨਾ केला खा लेने ज्यादा वधिया बनी ता आ जाओ मैं फोन कर दांगी जे ठीक ठाक बनी अहीं खा पूरा फायदा लिया जा रहा मीह पै रहा ठंडा हो रोटी बनाने दिल नहीं करता टिक्की कितने बननी है लो जी चमचे नाल गल नहीं बनती पई हाथ नहीं करना पैना चंगी तरह मैश हो गए तो सब तो पहला हरी मिर्च पानी हरी मिर्च मैं थोड़ी जी पाई है हरी मिर्च थोड़ी पाएगी बच्चे नहीं खाणगे तो इस तो बाद पाने अपने पुदीना पुदीना मतलब इंग्लिश में कहते मिंट इस पुदीना तो हरी मिर्च तो नमक तो पैना ही है जाएगा ये अंदर लून ज़्यादा नहीं पैना बस स्वाद के मुताबिक ही पैना थोड़ी जी लाल मिर्च जिहड़ा अपना मेन इंग्रीडियंट्स हैगा वो हैगा चौलां दा बूरा मतलब चौलां दा आटा जिन्हों कह दिंदे आपां चौल पीस लो मतलब कि घरे पीस लो पीसे पिसाए भी मिल जांदे ने एक कौली पीस लो घरे एक कौली थोड़ी पैनी है थोड़ा जिहा पैना बस मतलब आलू ज्यादा लूज जे ना हो मतलब तकरीबन ढाई तीन चम्मच तीन भी पै जाएंगे तभी कोई चक्कर नहीं ते तो सब तो मेन चीज एक ये है अपना लैमन ये बीज काट लो चंगी तरह अद्धा नींबू बस बहुत है बनती वो नहीं चम्मच नाल नहीं हो रहा मैश हाथ ना वधिया मैश हो रहा पुदीना साढ़े लग्या ही तो अभी पुदीना ही बालिया पुदीने का फ्लेवर बड़ा वधिया आना तो लो जी पेस्ट अपना हो गया बिल्कुल रेडी रेडी होने तो बाद इन 10 मिनट अपने रख देना चौलों का मतलब पूरा ये पता क्यों पाया चौलों का आटा भी कह देंगे खिलरे नहीं ये करंची बनती है टिक्की कई लोग बड़ा कुछ पाते हैं पर बड़ी सिंपल जी आए हाए दो मिनट नहीं रुकना ही फिर आ जाती मेरा बैग भी गिल्ला है मेरी बुक्का तू तो लिफाफा लेके बुक्का पानी है मुन्ना तो तू कमली है तू मैं डिग्गी ची पा रही हां डिग्गी ची नहीं पाई है दिमाग होवे तो काटा कादा ना दिमाग तो है दिमाग तो जमा भी नहीं हैगा दिमाग मेनू लगदा गए है किते घूमण मैं 10 मिनट हो गए साडे पेस्ट नु ठीक है ज्यादा मतलब लूजिया नहीं होया हुन आपां बनाने आ दीयां टिक्कियां पहला पेड़े करके रख देने हां एक पास इधर गैस से रख लेने अपना नॉन स्टिक तवे से बना लेने है ना डीप फ्राई नहीं करते ये तेल पा के उत्ते बना लेते तवा हो गया गरम तवा साढ़ा हो गया गरम तो हम पाने ये तेल आप ज़्यादा डीप फ्राई नहीं करा बस ज़्यादा हैवी हो जाए फिर कई लोग कड़े पा के बनाते हैं छोटिया छोटिया बना लेने ज्यादा वड्डी नहीं बनावांगे
ਨਾ ਟੁੱਟ ਜਾਂਦੀਆਂ ਨੇ ਫਿਰ ਵੱਡੀਆਂ ਦੇਖਦੇ ਆ ਕਿਵੇਂ ਦੀ ਬਣਦੀ ਬੋਤਲ ਇਕੱਠੀਆਂ ਬਣਾ ਕੇ ਖਾਂਦੇ ਨਾ ਥੋੜਾ ਤੇਲ ਨੂੰ ਕਰ ਲੈਣਾ ਪਹਿਲੀ ਟਿੱਕੀ ਸਾਡੀ ਜਾ ਰਹੀ ਏ ਤਵੇ ਦੇ ਉੱਤੇ ਤੇ ਦੇਖਦੇ ਆ ਕੀ ਬਣਦਾ ਹੈ ਡਰ ਲੱਗ ਰਿਹਾ ਡਰ ਨੂੰ ਕੀ ਲੋੜ ਹੈ ਡਰ ਇਹ ਲੱਗ ਰਿਹਾ ਕਿਤੇ ਟੁੱਟ ਹੀ ਜਾਏ ਵਿੱਚ ਫਿਰ ਸਾਰੀ ਮਿਹਨਤ ਕੀਤੀ ਗਈ ਵਿੱਚ ਹੀ ਰਹਿ ਜਾਏ ਚਲ ਕੋਈ ਨਾ ਡੀਪ ਫਰਾਈ ਵਾਂਗੂ ਹੀ ਹੋ ਜਾਣਾ ਦੇਖ ਵਿੱਚ ਤੇਲ ਦੇ ਛੱਡ ਦੇਣੇ ਨਾ ਇਹਦੇ ਥੋੜਾ ਜਿਹਾ ਉਹ ਚੌਲਾਂ ਦਾ ਆਟਾ ਹੋਰ ਪਾ ਦੇ ਜੇ ਨਾ ਬਣੀ ਨਾ ਮੀਡੀਅਮ ਮੀਡੀਅਮ ਗੈਸ ਹੋ ਗਿਆ ਬਸ ਤੁਹਾਨੂੰ ਕੀ ਲੱਗਦਾ ਬਣ ਜੂਗੀ ਵਧੀਆ ਹੁਣ ਜਦੋਂ ਪਾਸਾ ਪਲਟਣਾ ਨਾ ਉਦੋਂ ਪਤਾ ਲੱਗਣਾ ਅਸਲੀ ਕਹਾਣੀ ਦਾ ਕਿ ਵਧੀਆ ਬਣਦੀ ਕਿ ਨਹੀਂ ਬਣਦੀ ਉਹਦੀ ਆਪਾਂ ਨੇ ਨਾ ਬਿਲਕੁਲ ਜਿਵੇਂ ਬਾਹਰ ਬਣਾਉਂਦੇ ਨੇ ਰੇੜੀਆਂ ਤੇ ਉਵੇਂ ਹੀ ਰੱਖ ਲਈਆਂ ਉਹਨਾਂ ਨੇ ਵੀ ਐਵੇਂ ਰੱਖਿਆ ਹੁੰਦਾ ਉਹਨੇ ਸਾਈਡਾਂ ਤੇ ਪਈਆਂ ਹੁੰਦੀਆਂ ਤੇਲ ਵਿਚਾਲੇ ਹੁੰਦਾ ਆਪਾਂ ਨੇ ਉਹੀ ਰੀਸ ਕੀਤੀ ਹੈ ਤੇ ਮੰਮਾ ਨੂੰ ਪਲਟਣ ਵਾਲੀ ਪਲਟਣ ਦਾ ਡਰ ਨਹੀਂ ਆ ਤਾਂ ਰਿਹਾ ਡਰ ਲੱਗਦਾ ਕਿ ਤੇ ਟੁੱਟ ਹੀ ਜਾਵੇ ਟੁੱਟਦੀ ਨਹੀਂ ਟੁੱਟਦੀ ਆਪਾਂ ਚੌਲਾਂ ਦਾ ਆਟਾ ਪਾਇਆ ਵੈਰੀ ਗੁੱਡ ਬਹੁਤ ਜੀ ਵੈਰੀ ਗੁੱਡ ਬੜਾ ਵਧੀਆ ਕਲਰ ਦੇਖੋ ਕਿੰਨਾ ਵਧੀਆ ਆਇਆ ਨਾ ਚੌਲਾਂ ਦਾ ਆਟਾ ਪਾਓਗੇ ਫਿਰ ਨਹੀਂ ਟੁੱਟਦੀ ਜੇ ਨਹੀਂ ਪਾਓਗੇ ਤਾਂ ਟੁੱਟ ਸਕਦੀ ਆ ਫਿਰ ਤਾਂ ਆਲੂ ਮੈਲਟ ਹੋ ਜਾਣੇ ਨੇ ਨਾ ਗਰਮ ਹੋ ਕੇ ਆਲੂ ਮੈਲਟ ਹੋ ਜਾਂਦੇ ਨੇ ਕਮੈਂਟ ਚ ਜ਼ਰੂਰ ਦੱਸਿਓ ਕਿ ਟਿੱਕੀ ਕੌਣ ਕੌਣ ਬਣਾਉਂਦਾ ਘਰੇ ਤੇ ਕਿਵੇਂ ਕਿਵੇਂ ਬਣਾਉਂਦਾ ਹੈ ਮੇਰਾ ਤਰੀਕਾ ਤੇ ਇਹ ਹੈ ਬਣਾਉਣ ਦਾ ਸਿੰਪਲ ਕੋਈ ਮੈਦੇ ਵਿੱਚ ਮਟਰ ਨਹੀਂ ਪਾਏ ਕੋਈ ਕੁਛ ਨਹੀਂ ਪਾਇਆ ਕਈ ਲੋਕ ਮਟਰ ਵੀ ਪਾਉਂਦੇ ਨੇ ਛੋਲਿਆਂ ਦੀ ਦਾਲ ਵੀ ਪਾਉਂਦੇ ਨੇ ਆਪਾਂ ਬਣਾਈ ਸਿਰਫ ਸਿੰਪਲ ਆਪਣੀਆਂ ਰੈਡੀ ਲਓ ਜੀ ਟਿੱਕੀਆਂ ਹੋ ਗਈਆਂ ਸਾਡੀਆਂ ਰੈਡੀ ਤੁਸੀਂ ਖਾਣੀਆਂ ਕਾਹਦੇ ਨਾਲ ਸੌਸ ਨਾਲ ਅਤੇ ਪਿਆਜ਼ ਨਾਲ ਮੈਨੂੰ ਜਿੰਨਾ ਡਰ ਲੱਗਦਾ ਸੀ ਨਾ ਉਨੀ ਸਹੀ ਬਣੀ ਉਨੀ ਵਧੀਆ ਬਣੀਆਂ ਬਾਹਰ ਵਾਲਾ ਤਾਂ ਸਹੀ ਉਹ ਕਿੰਨਾ ਤੇਲ ਪਾਉਂਦੇ ਨੇ ਜ਼ਿਆਦਾ ਹੈਵੀ ਨਾ ਨਾ ਹੋ ਜਾਣਾ ਥੋੜ੍ਹਾ ਜਿਹਾ ਗੈਸ ਬੰਦ ਕਰਨਾ ਪੈਣਾ ਸੋ ਆਪਣੀ ਟਿੱਕੀਆਂ ਰੈਡੀ ਨੇ ਭਾਈ ਜੀ ਕੋਲੀਆਂ ਕਿੱਥੇ ਨੇ ਉਹ ਸੌਸ ਨਹੀਂ ਪਾਣੀ ਕਿਹੜੀ ਕੋਲੀ ਦੂਜੀ ਵਾਈਟ ਕਲਰ ਵਾਲੀ ਕੋਲੀ ਤੇ ਚਲੋ ਜੀ ਬਣ ਗਈਆਂ ਸਾਡੀਆਂ ਟਿੱਕੀਆਂ ਤੇ ਹੁਣ ਅਸੀਂ ਕਰਦੇ ਹਾਂ ਟਰਾਈ ਨਾਲ ਪੈਂਦਾ ਭਿੰਡੀ ਤੇ ਨਾਲ ਹੋਰੀਆਂ ਟਿੱਕੀਆਂ ਟਰਾਈ ਹਾਂਜੀ ਹਏ ਗਰਮ ਐ ਰੋਟੀ ਥੋੜੀ ਜਿਹੀ ਐ ਕਰ ਰਹੇ ਆ ਖਰਾਬ ਹੋ ਗਈ ਥੋੜੀ ਜਿਹੀ ਰੋਟੀ ਦੇ ਅੱਤ ਪਈਆਂ ਲੱਗਦਾ ਤਵੇ ਤੇ ਰੋਟੀ ਥੱਲਣੀ ਹੈ ਨਾ ਐ ਕਰਕੇ ਬਸ ਪਲਟ ਦੋ ਨਾਲ ਦੀ ਨਾਲ ਚਲੋ ਹੁਣ ਆਪਾਂ ਟੇਸਟ ਕਰਕੇ ਦਿਖਾਉਂਦੇ ਹਾਂ ਤੁਹਾਨੂੰ ਆ ਜਾਓ ਸਿਮਰਨ ਸੌਸ ਲੈਂਦੀ ਕੋਈ ਖਾਂਦਾ ਪਿਆ ਰੈੱਡ ਸੌਸ ਨਾਲ ਤੇ ਕੋਈ ਖਾਂਦਾ ਪਿਆ ਹਰੀ ਸੌਸ ਨਾਲ ਦੱਸੋ ਫਟਾਫਟ ਕਿਵੇਂ ਬਣੀਆਂ ਨੇ ਮੈਂ ਇੰਨੀ ਮਿਹਨਤ ਕੀਤੀ ਹੈ ਮੈਂ ਥੋੜੀ ਟੇਸਟ ਸਿਮੂ ਨੇ ਟੇਸਟ ਵੀ ਨਹੀਂ ਕੀਤੀ ਤੇ ਕਹਿੰਦੀ ਬਹੁਤ ਨਹੀਂ ਮੈਂ ਟੇਸਟ ਕੀਤੀ ਹੈ ਸਵਾਦ ਬਣੀ ਬਹੁਤ ਜ਼ਿਆਦਾ ਕਰੰਚੀ ਬਣ ਆ ਰਿਹਾ ਜਿਹੜਾ ਉਹ ਪਾਇਆ ਆਪਾਂ ਨੇ ਬਹੁਤ ਵਧੀਆ ਤੇ ਇਹ ਹੈਗਾ ਸੀ ਸਾਡਾ ਅੱਜ ਦਾ ਵਲੌਗ ਮੀਂਹ ਦੇ ਵਿੱਚ ਟਿੱਕੀਆਂ ਦੀ ਰੈਸਪੀ ਦਿੱਤੀ ਤੁਹਾਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਹੈ ਉਹ ਵੀ ਜ਼ਰੂਰ ਦਬਾ ਦਿਓ ਕਿਉਂਕਿ ਨਵੀਂ ਵੀਡੀਓ ਆਉਣ ਵਾਲੀ ਜਿਹੜੀ ਹੈ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਏਗਾ